ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਪੰਜਾਬੀ ਕਲਚਰ ਐਂਡ ਹੈਰੀਟੇਜ ਨੂੰ ਲੈ ਕੇ ਮੈਂ ਪਹੁੰਚਿਆ ਅੱਜ ਮੰਗਵਾਲ ਦੇ ਵਿੱਚ। ਡਿਸਟ੍ਰਿਕਟ ਹੈ ਮੇਰੇ ਕੋਲ ਪਿਸ਼ਾਬ, ਔਰ ਪਿਸ਼ਾਬ ਦੇ ਵਿੱਚ ਜਿਹੜਾ ਇੱਕ ਸ਼ਾਦੀ ਨਹੀਂ ਹੈ, ਬਾਕਾਇਦਾ ਇੱਕ ਜਲਸਾ ਹੈ ਜਿਹਨੂੰ ਕਿ ਦਾਨਾਂ ਦੇ ਜਲਸੇ ਕਿਹਾ ਜਾਂਦਾ। ਔਕਸ ਬੁੱਲ ਰੇਸ ਹੈ ਜਿਹੜੀ ਉਹ ਸ਼ੁਰੂ ਹੋਣ ਵਾਲੀ ਹੈ। ਉਹਦੀ ਸ਼ੁਰੂਆਤ ਜਿਹੜੀ ਹੈ ਉਹ ਕਿਸ ਤਰ੍ਹਾਂ ਆਉਂਦੀ ਹੈ ਉਹ ਦੇਖੋ ਤੁਸੀਂ। ਪੰਜਾਬੀ ਵਿਹੜਾ ਔਰ ਪੰਜਾਬੀ ਵਿਹੜ ਦੇ ਵਿੱਚ ਜਿਹੜਾ ਉਹ ਬਲ ਜਿਹੜੇ ਨੇ ਉਹਨਾਂ ਦੀ ਵੋਟ ਸ਼ੁਰੂ ਹੋਣ ਤੋਂ ਪਹਿਲੇ ਜਿਹੜਾ ਉਹ ਇਹ ਸਾਰਾ ਕੁਛ ਕੀਤਾ ਜਾ ਰਿਹਾ। ਜਿਹੜੇ ਨੇ ਇਸ ਵੇਲੇ ਉਹ ਵੱਡੇ ਨੇ ਜਿਨ੍ਹਾਂ ਦੇ ਸਿਰ 'ਤੇ ਸਾਰਾ ਪ੍ਰੋਗਰਾਮ ਜਿਹੜਾ ਉਹ ਕੀਤਾ ਜਾ ਰਿਹਾ। ਮੈਂ ਪਹੁੰਚਿਆ ਮੰਗਵਾਲ ਦੇ ਵਿੱਚ ਔਰ ਤੁਸੀਂ ਦੇਖੋਗੇ ਥੋੜ੍ਹੀ ਦੇਰ ਬਾਅਦ ਦਾਨਾਂ ਦੀ ਲੀਕ, ਔਰ ਜਿਹੜੀ ਲੀਕ ਹੈ ਉਹ ਇੱਥੇ ਦਾ ਇੱਕ ਟ੍ਰੈਡੀਸ਼ਨ ਹੈ ਜਿਹਦੇ ਵਿੱਚ ਜਿਹੜੇ ਬਲਦ ਨੇ ਉਹਨਾਂ ਨੂੰ ਦੌੜਾਇਆ ਜਾਂਦਾ ਔਰ ਦੇਖਿਆ ਜਾਂਦਾ ਕਿ ਕਿਹਦਾ ਬਲਦ ਜਿਹੜਾ ਉਹ ਜ਼ਿਆਦਾ ਤੇਜ਼ ਦੌੜਦਾ ਔਰ ਅੱਗੇ ਨਿਕਲਦਾ, ਔਰ ਫਿਰ ਉਸ ਤੋਂ ਬਾਅਦ ਉਹਦੇ 'ਤੇ ਰੱਖਿਆ ਜਾਂਦਾ ਇੱਕ ਇਨਾਮ। ਮੇਰਾ ਵਸਦਾ ਪੰਜਾਬ ਔਰ ਮੇਰੇ ਪੰਜਾਬ ਦੇ ਜਿਹੜੇ ਨੇ ਉਹ ਕਸਟਮ ਐਂਡ ਟ੍ਰੈਡੀਸ਼ਨਸ, ਕਲਚਰ ਐਂਡ ਹੈਰੀਟੇਜ, ਇਹ ਹਨ ਸਾਰੀਆਂ ਉਹ ਚੀਜ਼ਾਂ ਜਿਨ੍ਹਾਂ ਨੂੰ ਕਿ ਮੈਂ ਖੋਜਦਾ ਹੋਇਆ ਮੈਂ ਕਹਾਂਗਾ ਕਿ ਬਹੁਤ ਦੂਰ ਤੱਕ ਗਿਆ ਮੈਂ, ਲੇਕਿਨ ਜਿੱਥੇ ਵੀ ਗਿਆ ਮੈਂ ਤਾਂ ਮੈਨੂੰ ਮੁੜ ਕੇ ਆਪਣੇ ਪੰਜਾਬ ਦੀ ਜਿਹੜੀ ਹੈ ਉਹ ਯਾਦ ਆਈ ਔਰ ਮੈਂ ਮੁੜ ਕੇ ਦੁਬਾਰਾ ਦੇਸ਼ ਪੰਜਾਬ ਦੇ ਵਿੱਚ ਆਇਆ। ਹਾਰ ਸ਼ਿੰਗਾਰ ਕਰਕੇ ਦੇਖਿਆ ਜਾਂਦਾ ਕਿ ਗੋਲਡ ਦੇ ਨਾਲ ਲਿਖ ਕੇ ਇਹਨਾਂ ਨੂੰ ਸਜਾਇਆ ਜਾਂਦਾ ਆਪਣੇ ਅੰਦਰ। ਇਹ ਤੁਸੀਂ ਦੇਖੋ ਇਹ ਉਹ ਗਹਿਣੇ ਨੇ ਮੀਆਂ, ਉਹ ਜੁਲਰੀ ਹੈ ਜਿਹੜੀ ਕਿ ਪਾਈ ਜਾਂਦੀ ਹੈ ਇਹਨਾਂ ਨੂੰ। ਇਹ ਜੋੜੇ ਸਾਰੇ ਜਿਹੜੇ ਨੇ ਉਹ ਆਏ ਨੇ ਚੁਕਵਾ ਤੋਂ, ਨੌਰਥ ਵੈਸਟ ਪੰਜਾਬ ਦੇ ਜਿਹੜੇ ਟ੍ਰੈਡੀਸ਼ਨ, ਕਲਚਰ ਐਂਡ ਹੈਰੀਟੇਜ ਹੈ ਉਹਨਾਂ ਦੇ ਵਿੱਚੋਂ ਇੱਕ ਬਲਦ ਰੇਸ ਹੈ ਜਿਹੜੀ ਕਿ ਇੱਕ ਸਰਕਲ ਦੇ ਵਿੱਚ ਹੁੰਦੀ ਹੈ, ਖੂਹ ਗੇੜਨ ਤੱਕ ਹੈ, ਇੱਕ ਗੋਲ ਦਾਇਰਾ, ਫਿਰ ਉਸ ਤੋਂ ਬਾਅਦ ਇੱਕ ਲੀਕ ਹੁੰਦੀ ਹੈ, ਲੀਕ ਜਿਹੜੀ ਹੈ ਉਹ ਸਿੱਧੀ ਖੇਡੀ ਜਾਂਦੀ ਹੈ, ਦੂਜਾ ਗੋਲ ਦਾਇਰਾ ਹੁੰਦਾ। ਹਰ ਇੱਕ ਦਾ ਸ਼ੌਕ ਹੁੰਦਾ ਕਿ ਜਿੱਤ ਜਿਹੜੀ ਉਹਦਾ ਮੁਕੱਦਰ ਹੋਵੇ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਤੁਸੀਂ ਦੇਖਿਓ ਕਲਚਰ ਐਂਡ ਹੈਰੀਟੇਜ ਆਫ ਪੰਜਾਬ, ਰਿੱਚੇ ਵਿੱਚੇ ਪੰਜਾਬ ਦੇ ਅੰਦਰ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਸ਼ਾਇਦ ਕਿਤੇ ਵੀ ਨਹੀਂ ਮਿਲਣਗੀਆਂ, ਜਿਹੜੀਆਂ ਕਿ ਥਾਊਜ਼ੈਂਡਸ ਆਫ ਦਾ ਈਅਰਸ ਤੋਂ ਜਿਹੜੀ ਟ੍ਰੈਡੀਸ਼ਨਸ, ਕਲਚਰ ਐਂਡ ਹੈਰੀਟੇਜ ਜਿਹੜੀ ਹੈ ਉਹ ਚੱਲੀ ਹੋਈ ਆ ਰਹੀ ਹੈ। ਮੈਂ ਤੁਹਾਡਾ ਆਪਣਾ ਹੋਸਟ ਡਾ